ਦੀਨ ਦੁਨੀਆਂ ਦੇ ਮਾਲਕ ਸਾਹਿਬ ਕਮਾਲ ਸਰਵੰਸਦਾਨੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 23 ਅਤੇ 24 ਦਸੰਬਰ ਦੀ ਰਾਤ ਸੀ। ਬਹੁਤ ਹੀ ਜ਼ਿਆਦਾ ਹਨੇਰੀ ਰਾਤ ਸੀ ਅਤੇ ਠੰਡੀ ਰਾਤ, ਕਹਿਰ ਦੀ ਰਾਤ। ਹਵਾ ਤੇਜ਼ ਅਤੇ ਬੱਦਲੀਆਂ ਤੁਰੀਆਂ ਜਾਂਦੀਆਂ ਤਾਰਿਆਂ ਨੂੰ ਕੱਜ ਲੈਂਦੀਆਂ ਸਨ। ਕਦੀ ਤਾਰੇ ਟਿਮ ਟਮਾਉਣ ਲੱਗ ਪੈਂਦੇ ਸਨ, ਕੁੱਕੜ ਬਾਂਗਾਂ ਦੇਣ ਲੱਗੇ। ਉਹਨਾਂ ਦੀਆਂ ਬਾਂਗਾਂ ਕਾਲੀਆਂ ਹੋਣੀਆਂ ਇਸ ਗੱਲ ਦੀ ਸੂਚਨਾ ਸਨ ਕਿ ਦਿਨ ਚੜ੍ਹਨ ਵਿੱਚ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਸੀ। ਧਰਤੀ ਗਿੱਲੀ ਸੀ, ਰਾਤ ਠਰੀ ਹੋਈ ਅਤੇ ਹਵਾ ਬਰਫ਼ ਦਾ ਰੂਪ। ਇਹ ਚੰਗੀ ਰੇਤਲੀ ਧਰਤੀ ਹੋਣ ਕਰਕੇ ਚਿੱਕੜ ਨਹੀਂ ਸੀ, ਪਰ ਜੰਗਲ ਦਾ ਇਲਾਕਾ ਝਾੜੀਆਂ ਕੰਢਿਆਂ ਵਾਲੀਆਂ ਸਨ। ਹਨੇਰੀ ਨਾਲ ਕੰਢੇ ਝੜੇ ਹੋਏ ਅਤੇ ਬੇਤਰੀਕੇ ਪਏ ਸਨ। ਕੰਢੇ ਵੀ ਕਿੱਕਰ ਦੇ ਲੰਮੀਆਂ ਸੂਲਾਂ। ਮਰਦ ਇਕੱਲੜਾ ਗੁਰੂ ਗੋਬਿੰਦ ਸਿੰਘ ਜੀ ਉਸ ਹਨੇਰੇ ਵਿੱਚ ਚਮਕੌਰੋਂ ਤੁਰੇ ਸਨ। ਆਪਣਾ ਸਭ ਕੁਝ ਖਾਲਸੇ ਪੰਥ ਤੋਂ ਕੁਰਬਾਨ ਕਰਕੇ ਦੋ ਜਵਾਨ ਪੁੱਤਰ ਸ਼ਹੀਦ ਕਰਵਾ ਕੇ ਇਕੱਲੇ ਚਮਕੌਰ ਪੱਛਮ ਵੱਲ ਤੁਰੇ ਜਾ ਰਹੇ ਸਨ। ਸਿਰਫ ਇੱਕ ਕਿਰਪਾਨ ਕੋਲ ਸੀ, ਉਹ ਵੀ ਲਹੂ ਦੇ ਨਾਲ ਰੰਗੀ ਹੋਈ। ਉਹਨਾਂ ਦੇ ਪੈਰ ਵੀ ਨੰਗੇ ਸਨ, ਕੰਡੇ ਵੱਜਦੇ। ਕੋਈ ਵੱਡੀ ਸੂਲ ਵੱਜਦੀ ਤਾਂ ਪੁੱਟ ਲੈਂਦੇ, ਨਿੱਕੇ ਮੋਟੇ ਕੰਡੇ ਜਾਂ ਆਲੇ ਦੁਆਲੇ ਘਾਹ ਫੂਸ ਦਾ ਖਿਆਲ ਨਾ ਕਰਦੇ। ਸ਼ੂਕ ਦੇ ਵੇਲੇ ਵਿੱਚ ਦੀ ਜਾ ਰਹੇ ਸਨ, ਕਦੀ ਉੱਚਾ ਟਿੱਬਾ ਚੜ੍ਹਦੇ ਅਤੇ ਕਦੀ ਹੇਠਾਂ ਉੱਤਰ ਜਾਂਦੇ। ਕੁੱਤੇ ਭੌਂਕਦੇ, ਕੁੱਕੜ ਬੋਲੇ ਅਤੇ ਗਾੜਾ ਹਨੇਰਾ ਦਿਸਿਆ। ਜਿਵੇਂ ਕਾਲਾ ਪਹਾੜ ਹੁੰਦਾ ਹੈ ਤਾਂ ਅਨੁਮਾਨ ਲਾਇਆ ਆ ਗਿਆ ਪਿੰਡ ਬਬੋਲ। ਅੱਗੇ ਹੋ ਕੇ ਥੋੜ੍ਹਾ ਅੱਗੇ ਤੁਰੇ, ਸੱਚ ਹੀ ਪਿੰਡ ਬਬੋਲ ਸੀ, ਪੱਕਾ ਪਿੰਡ ਕਸਬਾ ਬਬੋਲ, ਲੋਧੀ ਦਾ ਵਸਾਇਆ ਸ਼ਹਿਰ। ਕੁੱਕੜ ਵਾਂਗ ਦੇਈ ਜਾਂਦੇ ਸਨ, ਉੱਤੇ ਕਿਤੇ ਦੂਰ ਭੌਂਕਦੇ ਸਨ ਅਤੇ ਅਜੇ ਚਾਨਣ ਹੋਣ ਵਿੱਚ ਦੇਰ ਸੀ। ਰਾਮ ਸੀਤਾ ਰਾਮ ਰਾਮ ਕਿਸੇ ਦੀ ਜਵਾਨੋਂ ਸੁਣਿਆ। ਬੰਦਾ ਇੱਕ ਪਿੰਡ ਵਿੱਚੋਂ ਨਿਕਲਿਆ, ਉਹ ਕੋਈ ਰਾਮ ਭਗਤ ਸੀ ਅਤੇ ਸੁਚੇਤੇ ਜਾ ਰਿਹਾ ਸੀ। ਰਾਮ ਭਗਤ ਗੁਰੂ ਜੀ ਨੇ ਆਵਾਜ਼ ਦਿੱਤੀ, ਉਹ ਖਲੋ ਗਿਆ। ਉਸ ਨੇ ਨੇੜੇ ਆ ਕੇ ਪੁੱਛਿਆ, ਜੀ ਤੁਸੀਂ ਕੌਣ ਹੋ? ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਕਿਹਾ, ਭਾਈ ਤੂੰ ਕੌਣ ਹੈ, ਇਹ ਕਿਹੜਾ ਪਿੰਡ ਹੈ? ਉਸ ਨੇ ਕਿਹਾ, ਜੀ ਬਬੋਲ, ਇੱਥੇ ਪੂਰਨ ਮਸੰਦ ਹੈ। ਉਸ ਨੇ ਪੁੱਛਿਆ, ਕਿਸ ਦਾ ਮਸੰਦ? ਆਪ ਜੀ ਨੇ ਕਿਹਾ, ਅਨੰਦਪੁਰ ਵਾਲੇ ਗੁਰੂ ਦਾ। ਪੂਰਨ ਜੀ, ਤੁਸਾਂ ਉਸ ਨੂੰ ਮਿਲਣਾ ਹੈ, ਘਰ ਜਾਣਾ ਹੈ, ਆਓ ਮੇਰੇ ਨਾਲ। ਆਖ ਕੇ ਰਾਮ ਭਗਤ ਚੱਲ ਪਿਆ। ਉਸ ਦੇ ਪਿੱਛੇ ਗੁਰੂ ਜੀ ਵੀ ਚੱਲ ਪਏ। ਗਲੀ ਵਿੱਚ ਬੜੇ ਤਾਂ ਇੱਕ ਘਰ ਆ ਗਿਆ। ਵੱਡਾ ਦਰਵਾਜ਼ਾ ਸੀ, ਪੱਕੀ ਡਿਉੜੀ 'ਤੇ ਰਾਮ ਭਗਤ ਨੇ ਬੂਹਾ ਖੜਕਾ ਕੇ ਆਵਾਜ਼ ਦਿੱਤੀ, ਓਏ ਜੀਉਣੇ। ਅੱਗਿਓਂ ਉਹ ਬੋਲਿਆ, ਕੌਣ ਹੈ? ਫਿਰ ਰਾਮ ਭਗਤ ਅੱਗਿਓਂ ਆਵਾਜ਼ ਆਈ, ਬੂਹਾ ਖੋਲ, ਤੁਹਾਡੇ ਕੋਈ ਪ੍ਰਾਹੁਣਾ ਆਇਆ ਹੈ। ਬੂਹਾ ਖੁੱਲ੍ਹਿਆ, ਆਓ। ਅੱਗਿਓਂ ਆਗਿਆ ਮਿਲੀ। ਗੁਰੂ ਜੀ ਅੱਗੇ ਹੋਏ ਅਤੇ ਰਾਮ ਭਗਤ ਪਿੱਛੇ ਮੁੜ ਗਿਆ। ਉਹ ਸਦਰ ਦਰਵਾਜ਼ਾ ਮੁੜ ਬੰਦ ਹੋ ਗਿਆ।
ਦਰਬਾਨ ਜੀਉਣੇ ਨੇ ਦੀਵਾ ਜਗਾਇਆ ਅਤੇ ਮੰਜੀ ਉੱਤੇ ਬੈਠਣ ਲਈ ਕਿਹਾ। ਗੁਰੂ ਜੀ ਮੰਜੀ ਉੱਤੇ ਬੈਠ ਗਏ। ਦੀਵੇ ਦੀ ਲੋ ਵਿੱਚ ਜੀਉਣੇ ਨੇ ਗੁਰੂ ਜੀ ਵੱਲ ਤੱਕਿਆ, ਇੱਕਦਮ ਤਬਕ ਗਿਆ। ਉਹਨਾਂ ਦੇ ਨੰਗੇ ਪੈਰ ਸਨ, ਉਹ ਵੀ ਮਿੱਟੀ ਦੇ ਨਾਲ ਲਿਬੜੇ ਹੋਏ, ਪਜਾਮਾ ਵੀ ਦਾਗੋ ਦਾਗੀ, ਪਾਣੀ ਤੇ ਮਿੱਟੀ ਦੇ ਨਾਲ ਛਿੱਟਾਂ ਨਾਲ ਜਾਮਾ ਲਿਬੜਿਆ, ਹੱਥ ਵਿੱਚ ਕਿਰਪਾਨ, ਚਿਹਰੇ ਉੱਤੇ ਇਲਾਹੀ ਨੂਰ, ਸਿਰ ਦੀ ਗੋਲ ਦਸਤਾਰ ਗੁਰੂ ਪੀਰ ਦੀ ਨਿਸ਼ਾਨੀ ਸੀ। ਉਸਨੇ ਸੋਚਿਆ ਜ਼ਰੂਰ ਕੋਈ ਗੁਰੂ ਦਾ ਸਿੱਖ ਹੈ। ਇਹ ਨਹੀਂ ਸੀ ਪਤਾ ਕਿ ਉਹ ਹੀ ਗੁਰੂ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਹਨ। ਜੀਉਣੇ ਨੇ ਕਿਹਾ, ਆਰਾਮ ਕਰਨਾ ਹੈ ਤਾਂ ਮੰਜਾ ਬਿਸਤਰਾ ਤੁਹਾਨੂੰ ਦੇ ਦੇਵਾਂ, ਬੜੀ ਸੀਤ ਠੰਡ ਵਿੱਚੋਂ ਆਏ ਹੋ। ਗੁਰੂ ਜੀ ਨੇ ਆਖਿਆ, ਪਹਿਲਾਂ ਭਾਈ ਪੂਨ ਨੂੰ ਮਿਲਣਾ ਹੈ। ਜੀਉਣੇ ਨੇ ਆਖਿਆ, ਜੀ ਉਹ ਤਾਂ ਅਜੇ ਤੱਕ ਸੁੱਤੇ ਹੋਏ ਹਨ। ਗੁਰੂ ਜੀ ਨੇ ਆਖਿਆ, ਜਗਾ। ਜੂਣਾ ਕਹਿੰਦਾ, ਜੀ ਉਹ ਹਜੇ ਤੱਕ ਨਹੀਂ ਉੱਠੇ ਹੋਣਗੇ। ਗੁਰੂ ਜੀ ਨੇ ਦੇਖਿਆ, ਸਰਦ ਦਰਵਾਜ਼ੇ ਦਾ ਕੁੰਡਾ ਮਾਰਿਆ ਗਿਆ ਹੈ। ਹੌਲੀ ਜਿਹੀ ਆਖਣ ਲੱਗੇ, ਜਾ ਆਖ ਅਨੰਦਪੁਰ ਸਾਹਿਬ ਵਾਲਾ ਗੁਰੂ ਆਇਆ ਹੈ। ਗੁਰੂ ਜੀ ਜੀਉਣੇ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ, ਉਹ ਚਰਨਾਂ ਉੱਤੇ ਡਿੱਗ ਪਿਆ। ਉਸਨੇ ਆਪਣੇ ਕੱਪੜੇ ਨਾਲ ਚਰਨ ਪੂੰਝਣੇ ਚਾਹੇ, ਪਰ ਜਦੋਂ ਵੇਖਿਆ ਠਰੇ ਹੋਏ ਚਰਨ, ਲਹੂ ਸਿਮਦਾ ਤੇ ਭਾਰੇ, ਇੱਕ ਦਮ ਤਬਕ ਗਿਆ। ਜੂਣਾ ਉੱਠ ਬੈਠਾ। ਉਸਨੇ ਸੁੱਕੀਆਂ ਲੱਕੜਾਂ ਲਈਆਂ, ਤੂੜੀ ਦੀ ਮੁੱਠ ਲੈ ਕੇ ਦੀਵੇ ਨਾਲ ਅੱਗ ਲਾਈ ਅਤੇ ਅੱਗ ਸਿਕਾਉਣ ਲੱਗਾ। ਜਾ ਕੇ ਪੂਰਨ ਨੂੰ ਸੱਦ ਗੁਰੂ ਜੀ ਨੇ ਆਖਿਆ, ਅਸੀਂ ਅੱਗ ਸੇਕ ਲੈਂਦੇ ਹਾਂ, ਤੇਰਾ ਭਲਾ ਹੈ, ਠੰਡ ਵਿੱਚ ਅੱਗ ਸਕਾਈ। ਅੱਗ ਸੇਕਣ ਨੂੰ ਮਿਲੀ, ਅੱਗ ਵੀ ਤਾਂ ਜੀਵਨ ਆਸਰਾ ਹੈ। ਜੀਉਣੇ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਤੇ ਉਬਾਲ ਉੱਠੇ। ਉਸਨੇ ਸੋਚਿਆ, ਗੁਰੂ ਜੀ ਕਿੱਧਰੋਂ ਆਏ ਹਨ ਅਤੇ ਘੋੜਾ ਵੀ ਨਹੀਂ ਹੈ, ਸਿੱਖ ਵੀ ਨਹੀਂ ਹਨ ਨਾਲ, ਤੇ ਪੈਰਾਂ ਵਿੱਚ ਜੋੜਾ ਵੀ ਨਹੀਂ ਹੈ, ਇਹ ਮਾਮਲਾ ਕੀ ਹੈ? ਪਰ ਪੁੱਛੇ ਬਿਨਾਂ ਹੀ ਉਹ ਪੂਰਨ ਦੇ ਵਿਸ਼ੇਸ਼ ਮਹੱਲ ਵੱਲ ਚਲਿਆ ਗਿਆ। ਹਵੇਲੀ ਦੇ ਕੁੱਕੜ ਨੇ ਬਾਂਗ ਦਿੱਤੀ, ਉੱਧਰੋਂ ਆਵਾਜ਼ ਆਈ, ਕਿਉਂ ਜੀਉਣੇ? ਅੰਦਰੋਂ ਆਵਾਜ਼ ਆਈ, ਬਾਹਰ ਆਓ, ਇਸ ਵੱਲੋਂ ਅਜੇ ਤਾਂ ਰਾਤ ਹੈ, ਨਹੀਂ ਦਿਨ ਚੜ੍ਹਨ ਵਾਲਾ ਹੈ, ਕੀ ਗੱਲ ਹੈ? ਜੂਣੇ ਨੇ ਆਖਿਆ, ਜੀ ਬਾਹਰ ਆਓ ਛੇਤੀ ਦੇ ਨਾਲ। ਤਾਂ ਉਹ ਬਾਹਰ ਆਇਆ, ਤਕੜਾ ਉੱਚਾ ਲੰਬਾ ਤੇ ਭਾਰੇ ਸਰੀਰ ਵਾਲਾ ਮਸੰਦ ਪੂਰਨ ਕੰਬਲ ਦੀ ਬੁੱਕਲ ਮਾਰੀ ਤੇ ਪੁੱਛਿਆ, ਜੂਣਿਆ ਕੀ ਗੱਲ ਹੈ? ਉਸਨੇ ਆਖਿਆ, ਜੀ ਅਨੰਦਪੁਰ ਸਾਹਿਬ ਵਾਲੇ ਗੁਰੂ ਆਏ ਹਨ। ਪੂਰਨ ਦਾ ਇੱਕਦਮ ਹੜਕਾ ਨਿਕਲ ਗਿਆ, ਕਦੋਂ ਆਇਆ? ਹੁਣੇ, ਉਹ ਤੇਰਾ ਭਲਾ ਹੋਏ। ਅਨੰਦਪੁਰ ਵਾਲਾ ਗੁਰੂ? ਹਾਂ, ਮਾਲਕ ਨੰਗੇ ਪੈਰ ਲਿਬੜੇ ਤੇ ਠਰੇ ਹੋਏ ਹਨ, ਮੈਂ ਅੱਗ ਬਾਲ ਕੇ ਦੇ ਆਇਆ ਹਾਂ। ਕਿੰਨੇ ਜਾਣੇ ਹਨ? ਉਸਨੇ ਪੁੱਛਿਆ। ਤਾਂ ਜੂਣੇ ਨੇ ਕਿਹਾ, ਜੀ ਇਕੱਲੇ ਹੀ ਹਨ। ਤਾਂ ਇਕੱਲੇ? ਹਾਂ ਇਕੱਲੇ ਹੀ ਹਨ, ਲੀੜਾ ਵੀ ਖਾਸ ਉੱਪਰ ਨਹੀਂ, ਨਾ ਕੋਲ ਘੋੜਾ ਹੈ,
ਇੱਕ ਕਿਰਪਾਨ ਹੱਥ ਵਿੱਚ ਹੈ। ਜਾਮਾ ਵੀ ਉਹਨਾਂ ਦਾ ਕਈ ਥਾਵਾਂ ਤੋਂ ਪਾਟਾ ਹੋਇਆ ਹੈ। ਉਹ ਸ਼ਾਇਦ ਝਾੜੀਆਂ ਵਿੱਚ ਫਸ ਕੇ ਪਾਟ ਗਿਆ ਹੋਵੇਗਾ। ਤਾਂ ਉਸਨੇ ਪੁੱਛਿਆ, ਉਹਨਾਂ ਨੂੰ ਘਰ ਕੌਣ ਛੱਡ ਕੇ ਗਿਆ? ਤਾਂ ਜੀਉਣੇ ਨੇ ਕਿਹਾ, ਜੀ ਤੇਜਾ ਮਿਸਰ। ਉਹ ਅੱਗਿਓਂ ਬੋਲਿਆ, ਉਹ ਚੰਡਾਲ ਰਾਤ ਕਿੱਧਰ ਫਿਰਦਾ ਸੀ? ਤੜਕੇ ਉੱਠ ਕੇ ਬਾਹਰ ਨੂੰ ਜਾਂਦਾ, ਨਹਾਉਂਦਾ ਅਤੇ ਸੀਤਾ ਰਾਮ ਦਾ ਭਜਨ ਕਰਦਾ ਹੈ। ਜੂਣੇ ਨੇ ਉਸ ਨੂੰ ਇਹ ਗੱਲ ਆਖੀ, ਤੂੰ ਦੱਸ ਦਿੱਤਾ ਕਿ ਮੈਂ ਘਰੇ ਹਾਂ। ਹਾਂ, ਬਹੁਤ ਮਾੜਾ ਹੋਇਆ। ਕਿਉਂ ਮਾਲਕ? ਤੈਨੂੰ ਦੱਸਣ ਦਾ ਖਿਆਲ ਨਾ ਰਿਹਾ ਕਿ ਆਨੰਦਪੁਰ ਦਾ ਕੋਈ ਸਿੱਖ ਆਏ, ਗੁਰੂ ਆਏ, ਘਰ ਨਹੀਂ ਵੰਡ ਦੇਣਾ, ਬੂਹਾ ਨਹੀਂ ਖੋਲ੍ਹਣਾ। ਪਰ ਹੁਣ ਇਹ ਸੁਣ ਕੇ ਜੀਉਣੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਦਾ ਸਾਹ ਉੱਪਰ ਦਾ ਉੱਪਰ ਅਤੇ ਹੇਠਾਂ ਦਾ ਹੇਠਾਂ ਰਹਿ ਗਿਆ। ਕੁਝ ਖਾਣਾ ਉਹ ਹੋਰ ਤਬਕਿਆ। ਜਦੋਂ ਸੁਣਿਆ ਉਹਨਾਂ ਨੂੰ ਆ ਪੀਣਾ ਹੈ, ਜੇ ਕਿਸੇ ਕੱਪੜੇ ਦੀ ਲੋੜ ਹੈ ਤਾਂ ਲੈ ਜਾਣ, ਹੁਣੇ ਚਲੇ ਜਾਣ। ਦਿਨ ਚੜ੍ਹੇ ਕਿਸੇ ਨੇ ਦੇਖ ਲਿਆ ਤਾਂ ਪਰਲੋ ਆ ਜਾਏਗੀ। ਪਿੰਡ ਦਾ ਨਵਾਬ ਤਾਂ ਕੱਲ੍ਹ ਦਾ ਆਖਦਾ ਫਿਰਦਾ ਹੈ, ਕੋਈ ਕਿਸੇ ਸਿੱਖ ਨੂੰ ਘਰ ਨਾ ਰੱਖੋ, ਜੋ ਕੋਈ ਰੱਖੇਗਾ ਘਾਣ ਬੱਚਾ ਪੀੜਿਆ ਜਾਏਗਾ। ਜਾਂ ਆਖ ਚਲੇ ਜਾਣ, ਸੂਰਜ ਨਹੀਂ ਚੜ੍ਹਨਾ ਚਾਹੀਦਾ। ਤੁਸੀਂ ਆਪ ਦਰਸ਼ਨ ਨਹੀਂ ਕਰਨੇ? ਮੈਂ ਦਰਸ਼ਨ ਹਾਂ ਮਾਲਕ, ਗੁਰੂ ਜੀ ਹਨ। ਉਹਨਾਂ ਦੇ ਆਸਰੇ ਇਹ ਹਵੇਲੀ ਜਗੀਰ ਦੌਲਤ, ਕੁੱਤਿਆ ਐਵੇਂ ਕਿਉਂ ਭੌਂਕੀ ਜਾਂਦਾ, ਵੇਲੇ ਵੱਲ ਨਹੀਂ ਦੇਖਦਾ? ਬਲੌਲ ਤੁਰਕਾਂ ਦੇ ਲਸ਼ਕਰ ਨਾਲ ਭਰਿਆ ਪਿਆ ਹੈ, ਜੇ ਪਤਾ ਲੱਗ ਗਿਆ ਜਾਂ ਗੁਰੂ ਇੱਥੋਂ ਫੜਿਆ ਗਿਆ ਤਾਂ ਇੱਟ ਨਾਲ ਇੱਟ ਖੜਕ ਜਾਏਗੀ। ਪੂਰਨ ਮਸੰਦ ਦੀਆਂ ਗੱਲਾਂ ਸੁਣ ਕੇ ਜੀਉਣੇ ਤਾਂ ਠੰਡਾ ਹੁੰਦਾ ਗਿਆ। 8 ਸਾਲ ਦੀ ਨੌਕਰੀ ਪਿੱਛੋਂ ਉਸ ਨੂੰ ਉਸ ਰਾਤ ਪਤਾ ਲੱਗਾ ਕਿ ਪੂਰਨ ਮਸੰਦ ਕੈਸਾ ਸੀ। ਬਗਲ ਮੇਂ ਕੁਰਾਨ ਹਾਥ ਮੇਂ ਛੁਰੀ ਵਾਲੀ ਗੱਲ ਹੋਈ, ਨਿਮਕ ਹਰਾਮ ਜਾ ਉਸ ਦੇ ਆਖਦੇ ਪੂਰਨ ਨੇ ਜਵਾਬ ਦਿੱਤਾ, ਚਲੇ ਜਾਓ, ਨਾ ਤੁਹਾਡੇ ਸਾਡੇ ਗੁਰੂ ਤੇ ਨਾ ਅਸੀਂ ਤੁਸਾਂ ਦੇ ਸਿੱਖ। ਜੂਣਾ ਮਾਯੂਸ਼ ਹੋ ਕੇ ਉੱਪਰਲੀ ਛੱਤ ਤੋਂ ਹੇਠਾਂ ਆ ਗਿਆ। ਉਸ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਤੇ ਹੁਣ ਬੁੱਤ ਬਣ ਕੇ ਖੜਾ ਹੋ ਗਿਆ। ਰਾਤ ਦਾ ਸਮਾਂ ਸੀ, ਰਾਤ ਵੇਲੇ ਬੋਲ ਬੜੀ ਦੂਰ ਜਾਂਦਾ ਹੈ। ਪੂਰਨ ਦੇ ਬੋਲੇ ਬੋਲ ਗੁਰੂ ਜੀ ਨੇ ਸੁਣ ਲਏ ਸਨ। ਉਹਨਾਂ ਨੇ ਪਹਿਲਾਂ ਤਾਂ ਖਿਆਲ ਕੀਤਾ ਕਿ ਉੱਪਰ ਜਾ ਕੇ ਪੂਰਨ ਨੂੰ ਉਹ ਸਜ਼ਾ ਦੇਣ ਜਿਹੜੀ ਖੇੜੀ ਪਿੰਡ ਦੇ ਦੋ ਭਰਾਵਾਂ ਅਲਫੂ ਅਤੇ ਗਾਮੂ ਨੂੰ ਦਿੱਤੀ ਸੀ। ਉਹ ਦੋਵੇਂ ਭਰਾ ਗਊਆਂ ਮੱਝਾਂ ਚਾਰਦੇ ਸਨ, ਜਾਤ ਦੇ ਗੁੱਜਰ ਸਨ। ਚਮਕੌਰ ਤੋਂ ਚੱਲ ਕੇ ਜਦੋਂ ਦਿਨ ਚੜ੍ਹਿਆ ਤਦ ਵੀ ਸਤਿਗੁਰੂ ਜੀ ਨੇ ਚੱਲਣਾ ਨਹੀਂ ਸੀ ਛੱਡਿਆ। ਮੁਗਲਾਂ ਦੇ ਦੱਸੇ ਹੁਲੀਏ ਢੰਡੋਰਾ ਫਰਾਇਆ ਸੀ। ਉਹਨਾਂ ਨੇ ਪਛਾਣ ਲਿਆ ਕਿ ਗੁਰੂ ਜੀ ਜਾ ਰਹੇ ਹਨ, ਉੱਚੀ ਉੱਚੀ ਰੌਲਾ ਪਾ ਦਿੱਤਾ। ਸਿੱਖਾਂ ਦਾ ਪੀਰ ਜਾਂਦਾ, ਸਿੱਖਾਂ ਦਾ ਗੁਰੂ ਜਾਂਦਾ ਜੇ। ਉਹਨਾਂ ਦਾ ਰੌਲਾ ਸੁਣ ਕੇ ਗੁਰੂ ਜੀ ਨੇ ਉਹਨਾਂ ਵੱਲ 5-5 ਸੋਨੇ ਦੀਆਂ ਮੋਹਰਾਂ ਸੁੱਟੀਆਂ। ਮੋਹਰਾਂ ਵੀ ਚੁੱਕ ਲਈਆਂ ਤੇ ਰੌਲਾ ਵੀ ਪਾਉਣੋਂ ਨਾ ਰੁਕੇ। ਗੁਰੂ ਜੀ ਖੜੋ ਗਏ। ਉਹਨਾਂ ਨੇ ਦੋਹਾਂ ਨੂੰ ਕੋਲ ਸੱਦਿਆ ਤੇ ਆਖਿਆ, ਲਓ ਸੋਨੇ ਦੇ ਕੜੇ। ਉਹ ਲਾਲਚੀ ਫਿਰ ਵੀ ਰਮਜ ਨਾ ਸਮਝੇ। ਉਹਨਾਂ ਦੀਆਂ ਅੱਖਾਂ ਗਹਿਰੀਆਂ ਦੇਖ ਕੇ ਗੁਰੂ ਜੀ ਨੇ ਇੱਕ ਕੜਾ ਫੜਾਉਣ ਲਈ ਹੱਥ ਅੱਗੇ ਕੀਤਾ। ਜਦੋਂ ਉਹ ਕੜਾ ਫੜਨ ਲੱਗਾ ਤਾਂ ਦੂਸਰੇ ਹੱਥ ਨਾਲ ਐਸਾ ਵਾਰ ਕੀਤਾ
ਉਹਦਾ ਸਿਰ ਧੜ ਨਾਲੋਂ ਵੱਖ ਹੋ ਗਿਆ। ਦੂਸਰਾ ਨੱਠਣ ਲੱਗਾ ਤਾਂ ਉਸ ਨੂੰ ਵੀ ਝਟਕਾ ਦਿੱਤਾ। ਦੋਵੇਂ ਸਦਾ ਲਈ ਚੁੱਪ ਹੋ ਗਏ ਅਤੇ ਗੁਰੂ ਜੀ ਅੱਗੇ ਨਿਕਲ ਆਏ ਸਨ, ਪਰ ਜੰਗਲ ਵਿੱਚ ਇਹ ਸਿੱਧਾ ਰਾਹ ਨਹੀਂ ਸੀ। ਦੂਸਰਾ ਚੌਗਿਰਦੇ ਸ਼ਾਹੀ ਲਸ਼ਕਰ ਠਾਠਾ ਫਿਰਦਾ ਸੀ। ਝਾੜੀ ਝਾੜੀ ਵਿੱਚੋਂ ਆਵਾਜ਼ ਆਉਂਦੀ ਸੁਣਾਈ ਦਿੰਦੀ ਸੀ, ਫੜ ਲਓ ਉਹ ਗਿਆ ਸਿੱਖ ਦਾ ਗੁਰੂ, ਜਾਣ ਨਾ ਦੇਣਾ। ਐਵੇਂ ਹੀ ਝੋਲਿਓ ਪੈਂਦੇ ਸਨ। ਜਦੋਂ ਗੁਰੂ ਜੀ ਇੱਕ ਜੰਡ ਹੇਠਾਂ ਲੇਟ ਰਹੇ, ਜਦੋਂ ਮੁੜ ਰਾਤ ਪਈ ਤਾਂ ਅੱਗੇ ਚੱਲੇ ਪੈਰ ਥੱਕ ਗਏ ਤੇ ਸੁੱਜ ਗਏ ਸਨ, ਪਰ ਗੁਰੂ ਜੀ ਦਾ ਹੌਸਲਾ ਬੁਲੰਦ ਸੀ। ਸਰੀਰਕ ਕਸ਼ਟ ਆਤਮਾ ਨੂੰ ਮਾਯੂਸ ਨਹੀਂ ਸਨ ਕਰਦੇ। ਬਲੋਲ ਵਿੱਚ ਇੱਕ ਅਮੀਰ ਸ਼ਰਧਾਲੂ ਸੀ ਤੇ ਦੂਸਰਾ ਪੂਰਨ ਮਸੰਦ, ਦੋਹਾਂ ਦੀ ਆਸ ਤੱਕ ਕੇ ਆਏ ਸਨ, ਪਰ ਮੁਗਲਾਂ ਨੇ ਸਾਰੇ ਕਸਬਿਆਂ ਦੇ ਹਾਕਮਾਂ ਨੂੰ ਲਿਖਿਆ ਹੀ ਨਹੀਂ, ਸਗੋਂ ਹੁਕਮ ਦਿੱਤਾ ਸੀ ਕਿ ਉਹ ਗੁਰੂ ਮਹਾਰਾਜ ਦਾ ਪਿੱਛਾ ਕਰਨ, ਜਿਉਂਦਿਆਂ ਨੂੰ ਜਾਂ ਫਿਰ ਮੋਇਆਂ ਨੂੰ ਫੜ ਕੇ ਦਿਖਾਉਣ ਵਾਲੇ ਨੂੰ ਭਾਰੀ ਇਨਾਮ ਮਿਲੇਗਾ। ਜਿਹੜਾ ਕੋਈ ਪਨਾਹ ਦੇਵੇਗਾ, ਕਿਸੇ ਸਿੱਖ ਜ਼ਖਮੀ ਲਈ ਮਲਮ ਪੱਟੀ ਕਰੇਗਾ, ਉਸ ਦਾ ਕਤਲ ਕੀਤਾ ਜਾਏਗਾ, ਘਰ ਘਾਟ ਸਾੜ ਦਿੱਤਾ ਜਾਏਗਾ, ਇਹੋ ਬਾਦਸ਼ਾਹੀ ਹੁਕਮ ਹੈ। ਐਸਾ ਕਰੜਾ ਹੁਕਮ ਸੁਣ ਕੇ ਲਾਲਚੀ ਤੇ ਬੇਈਮਾਨ ਬੰਦੇ ਭਲਾ ਕਿਵੇਂ ਗੁਰੂ ਜੀ ਨੂੰ ਆਇਆ ਆਖ ਸਕਦੇ ਹਨ? ਭਾਈ ਜੂਣੇ, ਤੂੰ ਜਿਉਂਦਾ ਰਹੋ, ਅਸਾਂ ਸੁਣ ਲਏ ਤੇਰੇ ਮਾਲਕ ਦੇ ਬੋਲ। ਸਤਿਗੁਰੂ ਜੀ ਨੇ ਠੀਕ ਹੀ ਤਾਂ ਕਿਹਾ ਸੀ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੌਣ ਆਵਤ ਨੇਰੈ। ਐਸੇ ਮਸੰਦ ਸਾੜੇ ਸੀ ਪਰ ਇਹ ਬਚ ਗਿਆ। ਅੱਛਾ, ਅਸੀਂ ਚੱਲਦੇ ਹਾਂ, ਮਹਾਰਾਜ ਜੀ ਨੇ ਕਿਹਾ। ਕੋਈ ਸੇਵਾ, ਤੇਰੀ ਸੇਵਾ ਸਫਲ ਹੋਈ, ਜੋ ਤੂੰ ਅੱਗ ਬਾਲ ਕੇ ਸਕਾ ਦਿੱਤੀ, ਅਸਾਂ ਹੀ ਹਾਮੀ ਭਰੀ, ਅਸੀਂ ਸਭ ਜਾਣ ਗਏ। ਮਹਾਰਾਜ, ਆਪ ਨੇ ਸਮਝ ਤਾਂ ਜਾਣਾ ਹੀ ਸੀ, ਘੱਟ ਘੱਟ ਕੇ ਜਾਣਨਹਾਰ ਹੋ, ਟਿੰਡ ਵਿੱਚ ਅੱਗ ਪਾ ਦਿਆਂ ਕੰਮ ਦੇਵੇਗੀ। ਮੈਂ ਹੋਰ ਤਾਂ ਕੁਝ ਨਹੀਂ ਕਰ ਸਕਦਾ, ਪੇਟ ਦਾ ਮਾਰਾ ਦਾਸ ਹਾਂ। ਬਲੋਲ ਦੇ ਪਰਲੋ ਆਏਗੀ, ਤੇਰੀ ਬੇਲ ਵਧੇਗੀ। ਗੁਰੂ ਜੀ ਨੇ ਨਿਹਾਲ ਹੋ ਕੇ ਵਰ ਦਿੱਤਾ। ਭਾਈ ਜੂਣੇ ਨੇ ਅੱਗ ਬਾਹਰ ਫੜਨ ਲਈ ਟਿੰਡ ਫੜੀ, ਉਸ ਵਿੱਚ ਧੁਖਦਾ ਗੋਹਾ ਰੱਖਿਆ ਅਤੇ ਟਿੰਡ ਦਾ ਬੋਕਣਾ ਗੁਰੂ ਜੀ ਨੂੰ ਫੜਾ ਦਿੱਤਾ। ਬੂਹਾ ਖੋਲਿਆ, ਆਪ ਬਾਹਰ ਨਿਕਲਿਆ। ਕੋਈ ਬੰਦਾ ਨਾ ਦੇਖ ਕੇ ਉਸ ਨੇ ਗੁਰੂ ਚਰਨਾਂ ਉੱਤੇ ਮੱਥਾ ਟੇਕਿਆ ਤੇ ਗੁਰੂ ਜੀ ਨੂੰ ਰਾਹੇ ਪਾਇਆ। ਜੰਗਲ ਦੇ ਰਾਹ ਜਿੱਧਰ ਐਸ਼ ਪ੍ਰਸਤ ਮੁਗਲ ਨਹੀਂ ਜਾਂਦੇ ਸਨ, ਭਾਵੇਂ ਸ਼ਾਹੀ ਹੁਕਮ ਸੀ, ਫਿਰ ਵੀ ਉਹ ਜਾਨ ਜੋਖਮ ਵਿੱਚ ਨਹੀਂ ਸਨ ਪਾਉਂਦੇ। ਗੁਰੂ ਜੀ ਨੇ ਹਨੇਰੇ ਵਿੱਚ ਅਲੋਪ ਹੋ ਗਏ, ਪਰ ਜੂਣਾ ਪੂਰਨ ਮਸੰਦ ਦੀ ਡਿਓੜੀ ਦੇ ਸਰਦ ਦਰਵਾਜ਼ੇ ਅੱਗੇ ਹੀ ਖਲੋਤਾ ਰਿਹਾ। ਉਹ ਸੋਚੀ ਜਾਂਦਾ ਸੀ, ਐਸੀ ਅਕਾਲ ਪੁਰਖ ਦੀ ਲੀਲਾ ਹੈ, ਹਜ਼ਾਰਾਂ ਨੂੰ ਆਸਰਾ ਦੇਣ ਵਾਲਾ ਨੇ ਆਸਰਾ ਤੁਰਿਆ ਫਿਰਦਾ ਹੈ, ਚਰਨ ਵੀ ਨੰਗੇ, ਬਸਤਰ ਵੀ ਪਾਟੇ, ਘੋੜਾ ਤੇ ਜੋੜਾ ਵੀ ਨਹੀਂ, ਸੰਗੀ ਸਾਥੀ ਕੋਈ ਨਾਲ ਨਹੀਂ। ਤੇਜਾ ਬਾਹਰੋਂ ਆਇਆ, ਜੂਣੇ ਨੂੰ ਖਲੋਤਾ ਦੇਖ ਕੇ ਉਸ ਨੇ ਸੀਤਾ ਰਾਮ 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 ਨਾਮ ਦਾ ਜਾਪ ਛੱਡ ਕੇ ਜੂਣੇ ਨੂੰ ਪੁੱਛਿਆ, ਜੂਣੇ ਬਾਹਰ ਖਲੋਤਾ ਹੈ ਠੰਡ ਵਿੱਚ ਐਵੇਂ ਮਿਸਰ ਜੀ? ਜੂਣੇ ਨੇ ਬੇਧਿਆਨਾ ਜਿਹਾ ਹੋ ਕੇ ਉੱਤਰ ਦਿੱਤਾ, ਆਉਣ ਵਾਲਾ ਕੌਣ ਸੀ? ਕੋਈ ਹੈ ਸੀ ਪ੍ਰਾਹੁਣਾ, ਦਰਸ਼ਨ ਕਰਕੇ ਕੁਝ ਖਿੱਚ ਜਿਹੀ ਪਈ। ਬੋਲ ਮਿੱਠਾ ਸੀ, ਹਾਂ ਮਿੱਠੇ ਬੋਲ ਵਾਲਾ ਕੌਣ ਸੀ? ਅਨੰਦਪੁਰ ਸਾਹਿਬ ਵਾਲਾ ਗੁਰੂ। ਗੁਰੂ? ਹਾਂ ਮਿਸ਼ਰ ਜੀ, ਅਨੰਦਪੁਰ ਸਾਹਿਬ ਵਾਲਾ ਗੁਰੂ ਆਇਆ ਸੀ। ਕੀ ਕਰਨ? ਟਿਕਣ ਆਏ ਸਨ? ਅਨੰਦਪੁਰ ਛੱਡਣ ਤੇ ਚਮਕੌਰ ਜੰਗ ਹੋਣ ਦੀਆਂ ਖਬਰਾਂ ਤਾਂ ਆਈਆਂ ਸਨ। ਪੂਰਨ ਤਾਂ ਗੁਰੂ ਕਿਆਂ ਦਾ ਹੈ, ਹਲਵਾ ਪੂੜੀ ਤੇ ਖੀਰ ਖਾਣ ਸਮੇਂ
ਅੱਜ ਇੱਕਦਮ ਗਿਰਗਟ ਵਾਂਗ ਅੱਖਾਂ ਫੇਰ ਲਈਆਂ। ਆਪੋ ਵਿੱਚ ਹੀ ਜੂਣਾਂ 'ਤੇ ਮਿਸਰ ਗੱਲਾਂ ਕਰ ਰਹੇ ਸਨ। ਗੁਪਤਾ ਵੇਲੇ ਪਰਾਏ ਆਪਣੇ ਪਰਾਏ ਹੋ ਜਾਂਦੇ ਹਨ। ਭਗਵਾਨ ਤਾਂ ਦੇਖਦਾ ਹੈ, ਹਾਂ ਭਗਵਾਨ ਤਾਂ ਦੇਖਦਾ ਹੈ। ਇਹ ਆਖ ਕੇ ਤੇਜਾ ਮਿਸਰ ਸੀਤਾ ਰਾਮ ਰਾਮ ਆਖਦਾ ਹੋਇਆ ਅੱਗੇ ਨਿਕਲ ਗਿਆ। ਜੂਣਾ ਡਿਊੜੀ ਵਿੱਚ ਖੜਾ ਹੋਇਆ, ਉਸਨੇ ਡਿਊੜੀ ਦਾ ਬੂਹਾ ਬੰਦ ਕਰ ਲਿਆ ਅਤੇ ਆਪਣੀ ਮੰਜੀ ਉੱਤੇ ਬੈਠ ਕੇ ਅੱਗ ਸੇਕਣ ਲੱਗਾ ਸੀ ਕਿ ਉੱਪਰੋਂ ਪੂਰਨ ਨੇ ਆਵਾਜ਼ ਦਿੱਤੀ, ਜੂਣੇ। ਜੂਣਾ ਬੋਲਿਆ ਨਹੀਂ, ਉਹ ਗੁੱਸੇ ਹੈਰਾਨੀ ਤੇ ਗੁਰੂ ਪਿਆਰ ਸ਼ਰਧਾ ਨਾਲ ਕੰਬਦਾ ਹੋਇਆ ਉੱਪਰ ਗਿਆ। ਕਿੱਥੇ ਹੈ ਗੁਰੂ? ਪੂਰਨ ਨੇ ਪੁੱਛਿਆ। ਗੁਰੂ ਮਹਾਰਾਜ ਜੀ ਚਲੇ ਗਏ, ਜੂਣੇ ਨੇ ਉੱਤਰ ਦਿੱਤਾ। ਪਰ ਉਸ ਦਾ ਕਲੇਜਾ ਮੂੰਹ ਨੂੰ ਆਇਆ ਤੇਰੇ ਆਖਣ ਤੇ ਕਿ ਆਪੋ ਆਪੋ, ਉਹਨਾਂ ਨੇ ਤੁਸਾਂ ਦਾ ਹੁਕਮ ਸੁਣ ਲਿਆ ਸੀ। ਕੁਝ ਆਖਦੇ ਤਾਂ ਨਹੀਂ ਸੀ, ਆਖਦੇ ਸਨ। ਉਹਨਾਂ ਦਾ ਹਿਰਦਾ ਸਾਗਰ ਵਾਂਗ ਵਿਸ਼ਾਲ ਹੈ। ਸਾਗਰ ਵਿੱਚ ਜੇ ਕੋਈ ਢੀਮਾ ਮਾਰੇ ਤਾਂ ਢੀਮ ਖੁਰ ਜਾਂਦੀ ਹੈ, ਸਾਗਰ ਗੁੱਸਾ ਨਹੀਂ ਕਰਦਾ। ਉਹ ਤਾਂ ਹੈ ਨਹੀਂ ਦੁਨੀਆਂ ਦੇ ਮਾਲਕ। ਕੀ ਬਕਦਾ ਹੈ? ਮੈਂ ਬਕਦਾ ਉਹ ਕੁਝ ਹਾਂ ਜੋ ਕੁਝ ਤੁਸੀਂ ਦੱਸਦੇ ਰਹੇ, ਪ੍ਰਚਾਰਦੇ ਰਹੇ। ਇਹੋ ਤਾਂ ਆਖਿਆ ਕਰਦੇ ਸੀ ਕਲਗੀਧਰ ਪਿਤਾ ਜੀ, ਦੀਨ ਦੁਨੀਆਂ ਦੇ ਬਾਲੀ ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਹਨ। ਤਾਂ ਉਹ ਜੂਣੇ ਨੂੰ ਕਹਿਣ ਲੱਗਾ, ਅੱਜ ਤੇਰੀ ਬੁੱਧ ਨੂੰ ਕੀ ਹੋ ਗਿਆ ਹੈ? ਮੈਨੂੰ ਲੱਗਦਾ ਤੇਰੀ ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ। ਜਾਤ ਦੀ ਕੋੜ ਕਿਰਲੀ ਸਤੀਰਾਂ ਨਾਲ ਜੱਫੇ, ਚੱਲ ਬੈਠ ਹੇਠਾਂ। ਨਹੀਂ, ਮੈਂ ਜਾ ਰਿਹਾ ਹਾਂ, ਬੂਹਾ ਖੁੱਲ੍ਹਾ ਜੇ, ਲੀੜਾ ਤੇ ਮੰਜਾ ਪਿਆ। ਕਿੱਧਰ ਜਾ ਰਿਹਾ ਹੈ? ਜਿੱਧਰ ਮੇਰੇ ਗੁਰੂ ਮਹਾਰਾਜ ਗਏ, ਜੂਣੇ ਨੇ ਇਹ ਗੱਲ ਆਖੀ। ਜਿਸ ਘਰ ਵਿੱਚ ਉਹਨਾਂ ਨੂੰ ਆਸਰਾ ਨਹੀਂ ਮਿਲਿਆ, ਉਸ ਘਰ ਵਿੱਚ ਮੇਰਾ ਰਹਿਣ ਦਾ ਧਰਮ ਨਹੀਂ। ਕੀ ਪਤਾ ਸਵੇਰੇ ਕੀ ਹੋਣਾ ਹੈ? ਗੁਰੂ ਮਹਾਰਾਜ ਡਿਓੜੀ ਵਿੱਚ ਬੈਠ ਕੇ ਅੱਗ ਤਾਂ ਸੇਕ ਗਏ ਹਨ, ਅੱਗ ਕਿਸ ਸਕਾਈ? ਮੈਂ ਤੂੰ ਕੀ ਲੱਗਦਾ ਸੀ? ਇਹ ਕਰਨ ਦਾ ਮੇਰੀ ਮੰਜੀ ਤੇ ਬਰਾਜੇ ਸਨ। ਕਿਸ ਨੇ ਦੇਖਿਆ? ਮੈਂ ਤੇਰਾ ਬੇੜਾ ਗਰਕ ਹੋਵੇ, ਇਹ ਕੀ ਲੋੜਾ ਮਾਰਿਆ ਨਿਮਕ ਹਰਾਮਾ? ਇਹ ਪੂਰਨ ਨੇ ਉਸਨੂੰ ਕਿਹਾ ਸੀ। ਮੈਂ ਜਾ ਰਿਹਾ ਹਾਂ, ਮੈਂ ਨਿਮਕ ਹਰਾਮ ਨਹੀਂ ਹਲਾਲ ਹਾਂ, ਕਿਉਂਕਿ ਤੁਸਾਂ ਨੂੰ ਰੱਬੀ ਕਰੋਪੀ ਤੋਂ ਬਚਾਉਣ ਲਈ ਗੁਰੂ ਜੀ ਨੂੰ ਜੀ ਆਇਆ ਆਖਿਆ। ਸਮਝਦਾ ਹਾਂ, ਬਲੋਲਪੁਰ ਤੁਰਕਾਂ ਦਾ ਪਿੰਡ ਹੈ, ਮਸੰਦ ਦੀ ਪਤਨੀ ਆ ਗਈ। ਉਸ ਨੇ ਜਦੋਂ ਸਾਰੀ ਗੱਲ ਸੁਣੀ ਤਾਂ ਉਹ ਵੀ ਮਸੰਦ ਦੇ ਗਲ ਪੈ ਗਈ। ਗੁਰੂ ਮਹਾਰਾਜ ਨੂੰ ਘਰ ਰੱਖਣਾ ਚਾਹੀਦਾ ਸੀ, ਉਹ ਅਕਾਲ ਪੁਰਖ ਦੇ ਬੇਟੇ ਹਨ, ਉਹਨਾਂ ਦਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਜੂਣਾ ਚੁੱਪ ਕਰਕੇ ਹੇਠਾਂ ਉਤਰ ਗਿਆ। ਪੂਰਨ ਮਸੰਦ ਉਸ ਨੂੰ ਰੋਕਦਾ ਰਿਹਾ, ਪਰ ਉਹ ਨਾ ਰੁਕਿਆ। ਉਹ ਪੌੜੀਆਂ ਉਤਰ ਕੇ ਡਿਓੜੀ ਤੋਂ ਬਾਹਰ ਹੋ ਗਿਆ। ਉਸ ਵੇਲੇ ਉਹ ਰੋਂਦਾ ਹੋਇਆ ਉੱਥੋਂ ਚਲਾ ਗਿਆ ਅਤੇ ਦੁਬਾਰਾ ਵਾਪਸ ਫਿਰ ਨਹੀਂ ਆਇਆ। ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਮਾਛੀਵਾੜੇ ਦੇ ਜੰਗਲਾਂ ਦਾ ਬਿਰਤਾਂਤ। ਸੋ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਿਕ ਵੀਡੀਓ ਸੁਣਨ ਵਾਸਤੇ ਆਪ ਜੀ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।